ਵਾਸਤੇ ਤਤਕਾਲਾ ਵੀ ਕੀਤਾ। ਪਾਣੀ ਵਾਲਾ ਤਾਂ ਹੁੰਦਾ ਅਬੂ ਜਾਨ ਅੰਨੇ ਦਾ ਜਾਦੂ ਕਿਹਨੂੰ ਕਰ ਬੋਲ ਬੰਦਾ ਬੋਲ ਬੋਲ ਕੇ ਕੰਜਰ ਬਣਦਾ ਬੋਲ ਬੈ ਜਾ ਬੱਚਿਆਂ ਦਾ ਪੜਾਉਣਾ ਅਬੂ ਜਾਨ ਹਾਂ ਅੰਨੇ ਨਾਲ ਸ਼ਾਦੀ ਕਰਨੀ ਹੈ ਅੰਨੇ ਨਾਲ ਹਾਂਜੀ ਕੀ ਬਾਤ ਹੈ ਯਾਰ ਪਹਿਲੇ ਹੋਇਆ ਤੁਹਾਡਾ ਨਹੀਂ 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 ਕਿਉਂ ਕਿਸੇ ਨੇ ਡਰਾਇਆ ਹਾਂ ਨਹੀਂ ਹੋਇਆ ਨਹੀਂ ਹੋਇਆ ਵੀ ਕਦੀ ਇੰਜ ਹੋਇਆ ਹੋਵੇ ਇੰਜ ਕੀ ਹੁੰਦਾ ਕਦੀ ਇੰਜ ਹੋਇਆ ਕੀ ਹੁੰਦਾ ਇਹ ਨਹੀਂ ਪਤਾ ਨਹੀਂ ਪਤਾ ਇਹ ਟੁੱਚ ਘੜੋਸ ਦਾ ਵੱਡਾ ਭਰਾ ਉਸਕੇ ਬਾਅਦ ਕੀ ਹੁੰਦਾ ਇਸ ਤਰ੍ਹਾਂ ਕੀ ਫੋਟੋ ਬੱਚੇ ਹੋਗੇ ਇਹਨੂੰ ਜਾਣਦੇ ਹੋ ਕੌਣ ਹੈ ਨਹੀਂ ਉਹ ਗਾਣਾ ਸੁਣੇ ਲੱਖੂ ਵੱਡੀ ਏਜ ਕੁੜੀ ਦਾ 47 ਵੇਟ ਕੁੜੀ ਦਾ ਵਿੱਚੋਂ ਆਵਾਜ਼ ਨਹੀਂ ਆਉਂਦੀ ਉਹ ਐ ਹੁੰਦਾ ਮੁੰਡਾ ਹੀ ਆਪ ਕੀ ਸ਼ਾਦੀ ਹੋ ਗਈ ਇਸ ਘਰ ਨੇ ਅੱਛਾ ਬੜੇ ਮੀਰ ਜੀ ਨੇ ਮੇਰੇ ਪਾਪਾ ਅੱਛਾ ਮੇਰੇ ਪਾਪਾ ਕੇ 5 ਜਹਾਜ਼ ਹੈ ਸਹੀ 2 ਹੈਲੀਕਾਪਟਰ ਹੈ ਜੀ 3 ਗਾੜੀਆਂ ਜੀ ਕੌਣ ਕੌਣ ਸੀ ਉਹ ਜੋ ਕਹਤੇ ਨਹੀਂ ਯਾ ਅੱਲਾ ਯਾ ਅੱਲਾ ਯਾ ਅੱਲਾ ਯਾ ਅੱਲਾ ਉਹ ਮੇਰੇ ਪਾਪਾ ਕੇ ਪਾਸ ਹੈ ਹਾਂਜੀ ਇਹ ਵੀ ਕੋਈ ਆਮ ਬੰਦਾ ਨਹੀਂ ਹੈਗਾ ਦੱਸੋ ਹਾਂਜੀ ਮੈਂ ਤੇ ਕੋਈ ਰਹਿਦਾ ਬੰਦਾ ਨੂੰ ਕੀ ਕੀ ਕਰਦੇ ਨਹੀਂ ਤਾਂ ਆ ਪਤਾ ਜਿੱਥੇ ਵਿਆਹ ਹੁੰਦਾ ਉੱਥੇ ਤੁਹਾਡਾ ਮੂੰਹ ਜਾਂਦਾ ਨਾਲ ਖਲੋ ਖਲੋ ਜੀ ਅਬੂ ਜਾਨ ਮੈਂ ਤੇ ਹੱਸਣਾ ਬੜਾ ਸੋਨੇ ਦੀ ਅੰਗੂਠੀ ਤੂੰ ਹੱਸ ਤੇਰਾ ਬਾਬਾ ਸੀ ਦਾ ਕਛੜਾ ਇਹ ਰਾਸ ਦਾ ਇਹ ਤੂੰ ਹੱਸ ਤੇਰਾ ਸਾਡੇ ਘਰ ਫੋਟੀ ਆਈ ਹੈ ਤੇ ਟੋਰਨੇ ਆ ਚੱਕਾ ਜੀ ਚਲੋ ਸ਼ਾਦੀ ਇਹਨੇ ਨਾਲ ਸਾਡੀ ਇਹਨੇ ਨਾਲ ਆਹੋ ਫਰਜ ਕਰਕੇ ਮੈਂ ਇਹਨੇ ਨਾਲ ਸ਼ਾਦੀ ਨਹੀਂ ਕਰਨਾ ਮੈਂ ਤੇਰੀ ਸ਼ਾਦੀ ਕਰਵਾਵਾਂਗਾ ਇਹਦੇ ਨਾਲ ਅੱਛਾ ਆ ਇਹਦੇ ਹੱਥਾਂ ਚ ਹੱਥ ਪਾ ਇਹਨੂੰ ਕੀ ਮੇਰੇ ਪਾਲ ਕਾ ਕਿਆ ਮੈਂ ਪਿਆਰ ਵੀ ਤੇਰੇ ਨਾਲ ਹੀ ਕਰਨਾ ਵਾ ਮੈਂ ਪਿਆਰ ਵੀ ਤੇਰੇ ਨਾਲ ਕਰਨਾ ਵਾ ਮੈਂ ਸ਼ਾਦੀ ਵੀ ਤੇਰੇ ਨਾਲ ਹੀ ਕਰਾਂਗਾ ਮੈਂ ਸ਼ਾਦੀ ਵੀ ਤੇਰੇ ਨਾਲ ਹੀ ਕਰਾਂਗਾ ਸਵਾਗਤਾਂ ਦਾ ਕੱਟ ਚੁੱਕਾ ਤੇ ਪਹਿਲੇ ਮੇਰੀ ਇੱਛਾ ਤੇ ਪਾਲ ਕੱਟ ਪਹਿਲੇ ਮੇਰੀ ਇੱਛਾ ਤੇ ਅਸੀਂ ਬੰਦੇ ਡੇਢ ਆ ਦਾਦੀ ਮੈਂ ਕਹਿੰਦੀ ਤੂੰ ਨਹੀਂ ਕਰਦੀ ਮੇਰੀ ਬਾਤ ਇੰਨੀ ਵਾਰੀ ਤੇ ਤੇਰੀ ਮਾਂ ਨੇ ਨਹੀਂ ਘੁਮਾਇਆ ਕਦੇ ਚਲੋ ਚਲੇ ਅੰਦਰ ਮੈਂ ਚੇਕਰ ਮੈਂ ਕਿ ਆ ਰਿਹਾ ਤੇਰਾ ਵਿਆਹ ਕਰਾਉਣਾ ਆਹੋ ਭਾਬੀ ਸਾਰਿਆਂ ਦੀ ਮੈਂ ਸ਼ਾਦੀ ਕਰਾਂਗਾ ਮੇਰੇ ਸ਼ਾਦੀ ਹੋਣਾ ਤੁਸੀਂ ਅੱਜ ਵੇਲੇ ਹੀ ਵੇਲੇ ਹੀ ਆ ਆ ਫੇ ਮੰਗਣ ਚ ਪਤਾ ਨਹੀਂ ਇੱਥੇ ਹੁਣ ਸਾਡਾ ਬਿਸਮਿਲਲਾ ਬਿਸਮਿਲਲਾ ਬਾਕੀ ਦਾ ਓਏ ਹੋਰ ਕਿਛੇ ਬਹਿ ਅੱਗੇ ਵੇਖ ਕੌਣ ਉਹ ਪਿੱਛੇ ਨਹੀਂ ਕੀ ਕੰਮ ਹੋਣਾ ਮੇਰੇ ਕੋਲ ਘਟਾ ਹੋਣਾ ਅਰੇ ਕੀ ਕਰਨਾ ਹੈ ਇੱਕ ਠੰਡ ਉਹ ਤੋਟਾ ਹੀ ਠੰਡਾ ਮੂੰਹ ਹੋਏ ਪਚਲਾ ਜਾ ਬੜੇ ਤੇਰੇ ਅਫਗਾਨੀ ਨੈਣ ਨਕਸ਼ੇ ਨੇ ਤੇਰੀ ਮੇਰੇ ਉਹ ਪਿੱਛੇ ਚੱਕੋ ਓਏ ਜਿਵੇਂ ਵੈਲਡਿੰਗ ਵਾਲੇ ਨਹੀਂ ਨਾ ਵੇਖਿਆ ਜਾਂਦਾ ਆਹੋ ਉੱਥੇ ਤੇਰੇ ਵਾਲੇ ਨਹੀਂ ਵੇਖਿਆ ਜਾਂਦਾ ਤੇਰੀ ਮੇਰੇ ਅੱਖਾਂ 'ਚ ਪੈਂਦਾ ਤੂੰ ਪਹਿਲੇ ਮੈਂ ਤੇਰੀ ਭੈਣ ਪੈਂਦਾ ਸੀ ਤੂੰ ਪਤਾ ਹੈ ਅੰਨੀ ਦਿਆ ਜਿਹੜਾ ਮੈਂ ਕੰਮ ਕਰਨਾ ਹੈ ਮੈਂ ਕਰਨ ਦੇ ਤੁਸੀਂ ਇਸ ਘਰ ਦੇ ਸਾਰੇ ਹਿਸਾਬ ਤਾਂ ਕੁਛ ਹੀ ਕਰਨੇ ਨੇ ਮੈਨੂੰ ਭਾਈ ਨੇ ਦੱਸਿਆ ਕਿ ਅੱਬਾ ਵਿਧਾਉਣ ਲੱਗਾ ਵਿਆਹ ਇੱਥੇ ਕੁੜੀਆਂ ਬੜੀਆਂ ਸੋਹਣੀਆਂ ਬੁਲਾ ਰਿਹਾ ਮੈਂ ਅੱਛਾ ਆਹੋ ਪਾਗਲ ਹੋ ਗਿਆ ਇੱਥੇ ਥੱਲੇ ਲਾਉਣ ਦੇ ਆਪਣਾ ਕੋਠਾ ਖੋਲ ਦਿਓ ਦੋ ਚਾਰ ਬੱਚੀਆਂ ਯਾਰ ਉਹ ਰਹਿਣੀ ਤਾਂ ਗਈਆਂ ਨੇ ਅੱਜ ਦੀ ਸਵਾਤਾ ਸਾਫ ਤਾਂ ਕਰਨਾ ਠੀਕ ਹੈ ਮੈਨੂੰ ਭਾਈ ਨੇ ਮੇਰੀ ਡਿਊਟੀ ਇਹ ਲਾਈ ਹੈ ਕਿ ਜੋ ਵੀ ਘਰ ਦੇ ਵਿੱਚ ਹੋਣਾ ਹੈ ਆਹੋ ਜਿਹੜਾ ਮੈਂ ਕਰਨਾ ਹੈ ਆਹੋ ਜਿਹੜਾ ਮੈਂ ਬੋਲਣਾ ਹੈ ਆਹੋ ਜੋ ਵੀ ਹਰਕਤ ਨੂੰ ਤੂੰ ਇਸ ਘਰ 'ਚ ਨਜ਼ਰ ਰੱਖਣੀ ਤੂੰ ਲਿਖਣਾ ਹਾਂਜੀ ਭਾਜੀ ਮੈਂ ਘਰ ਦਾ ਨਿਗਰਾਨ ਲਿਖਾਰੀ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਠੀਕ ਹੈ ਠੀਕ ਹੈ ਲੇਕਿਨ ਮੈਂ ਤੈਨੂੰ ਇਹ ਗੱਲ ਤੈਨੂੰ ਜੋ ਤੁਸੀਂ ਬੋਲੋਗੇ ਮੈਂ ਲਿਖੀ ਜਾਣਾ ਭਾਈ ਤੂੰ ਦੀ ਗੱਲ ਨਾ ਲਿਖਣਾ ਜੋ ਮਰਜ਼ੀ ਕਹਿ ਮੈਂ ਲਿਖਣਾ ਭਾਈ ਵੇਖ ਲੋ ਨਹੀਂ ਭਾਈ ਨਹੀਂ ਵੇਖਦੇ ਲਿਖੋ ਫਿਰ ਕੀ ਖਾਣੀ ਤਾਂ ਜੀ ਭੈਣ ਨੂੰ ਤਲਾਕ ਹੋ ਰਹੀ ਬੜਾ ਅਫਸੋਸ ਹੋਇਆ
ਖਾਵਨ ਕੀ ਕਰਦਾ ਸੀ ਉਹਨਾਂ ਦਾ? ਖਾਵਨ ਦਾ ਨਹੀਂ ਪਤਾ, ਭਰਾ ਦਾ ਪਤਾ। ਭਰਾ ਕੀ ਕਰਦਾ ਸੀ? ਕਾਪੀ ਪੈਨਸਲ ਤੇ ਲਿਖਦਾ ਸੀ। ਕਾਪੀ ਪੈਨਸਲ ਤੇ ਲਿਖਾਂਦਾ ਸੀ। ਲਿਖਦਾ ਸੀ ਭਾਜੀ ਕੀ ਕਰੀ ਜਾ ਰਿਹਾ? ਕੀ ਲਿਖਦਾ ਸੀ ਭਾਜੀ? ਕਰੀ ਜਾਓ ਕਰੀ ਜਾਓ। ਭਾਜੀ ਤੁਹਾਡੀ ਸ਼ਾਦੀ ਹੋਈ ਹੈ? ਮੇਰੇ ਸ਼ਾਦੀ? ਮੇਰੀ ਸ਼ਾਦੀ ਹੋਈ ਹੈ? ਦੁਬਾਰਾ ਕਰੀ ਲੈ। ਕਿਹਦੇ ਨਾਲ? ਕੁੜੀਆਂ ਬੜੀਆਂ ਸੋਹਣੀਆਂ ਆ ਰਹੀਆਂ ਜੀ। ਲੇਕਿਨ ਕੁੜੀ ਸੋਹਣੀ ਹੋਣੀ ਚਾਹੀਦੀ ਹੈ। ਬੜੀ ਸੋਹਣੀ ਹੈ, ਮੈਨੂੰ ਤੇ ਲੱਗਣ ਡਈ ਪਰ ਸੋਹਣੀ ਲੱਗਦੀ ਨਹੀਂ। ਮੈਂ ਕੁੜੀਆਂ ਹੱਥ ਲੈ ਮੈਲੀਆਂ। ਅੱਛਾ, ਆਹੋ ਹੂਰਾ। ਮੈਂ ਕਹਿੰਦਾ ਹੂਰ ਪੜੀਆਂ ਸੱਚੀ ਜਾਵਾ, ਪਰ ਹੈ ਕਿੱਥੇ? ਅੱਧਾ ਨਹੀਂ ਕਿਹਾ ਬੁਲਾਵਾ ਬੁਲਾ ਬੁਲਾ। ਨਾਲੇ ਸਾਡਾ ਭਰਾ ਵੀ ਆਏਗਾ ਨਾ। ਪਾਣੀ ਅੱਬਾ ਜੀ ਦੀ ਸ਼ਾਦੀ ਹੈ, ਜੋ ਵੀ ਇੱਥੇ ਗੱਲਬਾਤ ਹੋਣੀ ਤੂੰ ਲਿਖੀ ਜਾਣੀ, ਕਿਉਂਕਿ ਬਾਅਦ ਤੂੰ ਸਾਨੂੰ ਯਾਦ ਨਹੀਂ ਰਹਿੰਦਾ। ਬੇਫਿਕਰ, ਇਹਦੀ ਵੀ ਲਿਖ। ਇਹਦੀ ਤਾਂ ਲਿਖੀ ਲਿਖਾਈ, ਕੰਜਰ ਜੀ ਨੇ ਜਲੀਲ ਕਰਾ ਦਿੱਤਾ ਈ। ਕਿਉਂ? ਬਿਸਮਿਲ੍ਲਾ ਸੈਯਦ ਮੈਂ ਜਾ। ਖੈਰਾ ਖੈਰਾ ਖੈਰਾ, ਕਬੀਲਦਾਰੀ ਪੈ ਗਈ ਵਿੱਚ। ਝੂਲੇ ਲਾਲ ਉਹਨਾਂ ਦਾ, ਉਹ ਜਿਹੜਾ ਭਗਵਾਨ ਨੀ ਜਿਹੜਾ ਬਾਂਸਰੀ ਵਜਾਉਂਦਾ ਰਹਿੰਦਾ, ਆਹੋ ਉਹਨੂੰ ਕਹਿੰਦਾ ਦੇਸਾਂ ਦੇ ਰਾਜੇ ਤੇ ਵਜਾ ਲੈਂਦਾ। ਅੱਛਾ, ਸਾਡੇ ਵਰਗਾ ਮੁੰਡਾ 8-9 ਵਜੇ ਤੋਂ ਬਾਅਦ ਰਾਤ ਤੋਂ ਬਾਅਦ ਫਿਰ ਰਿਹਾ ਹੋਵੇ ਨਾ, ਤੇ ਘਰ ਦੇ ਕਹਿੰਦੇ ਕੋਈ ਨੀ ਯਾਰ, ਸਿਗਰਟਾਂ ਦੀ ਦੁਕਾਨ ਤੇ ਖਲੋਤਾ ਹੋਣਾ, ਕਿਤੇ ਦੋਸਤਾਂ ਦੇ ਕੋਲ ਖਲੋਤਾ ਹੋਣਾ। ਅੱਛਾ, ਇਹੋ ਜਿਹਾ ਮੁੰਡਾ 10 ਮਿੰਟ ਲੇਟ ਹੋਵੇ ਨਾ, ਤੇ ਮਾਂ ਹੀ ਕਹਿਣ ਦੀ ਅੱਗੀ ਹੁੰਦੀ ਹੈ ਕਿ ਰਗੜਦਾ ਹੋਣਾ ਕਿਸੇ ਨੇ। ਬੜੀ ਸਮਝ ਆ ਰਹੀ ਪਾ ਦੇ ਨਹੀਂ ਮੈਂ ਸੀ ਉਹਦੇ ਬਲਾਤਕਾਰ ਜਿਹੜੇ ਨੇ ਖਾਨਾ ਦਾ ਪਾਏ ਨੇ। ਹਾਂਜੀ, ਸ਼ਾਦੀ ਵੀ ਕੀ ਚੀਜ਼ ਹੈ? ਹਾਏ ਹਾਏ ਹਾਏ, ਯਕੀਨ ਕਰੋ ਬੰਦਾ ਸ਼ਾਦੀ ਕਰਕੇ ਤੇ ਆਪਣੀ ਅਸਲ ਜ਼ਿੰਦਗੀ ਜੀਂਦਾ। ਸਹੀ ਗੱਲ ਹੈ, ਇਹਦਾ ਵਿਆਹ ਹੋਇਆ ਸੀ ਪਹਿਲੇ। ਅੱਛਾ ਜੀ, ਬਸ ਤੁਹਾਨੂੰ ਕੀ ਦੱਸਾਂ, ਤਲਾਕ ਹੋ ਗਈ। ਕਿਉਂ ਜੀ? ਇਹਦੇ ਨਾ ਸੁਹਾਗ ਰਾਤ ਰੋਟੀ ਬੁੱਢੀ ਨੂੰ ਕਹਿ ਗਾਣਾ ਸੁਣਾ। ਹਾਂ, ਉਹ ਗਾਣਾ ਗਾਣ ਲੱਗ ਪਈ ਕਿ ਬਾਹ ਮੇਂ ਨਹੀਂ ਰਹਿਣਾ ਹੈ, ਤੇਰੇ ਦਿਲ ਮੇਂ ਉਤਰਨਾ ਹੈ, ਵੋ ਜੋ ਪਿਆਰ ਮੇਂ ਹੋਤਾ ਹੈ ਆਜ ਵਹੀ ਕਰਨਾ। ਇਹ ਸਾਲਾ ਪੈਰਾਂ 'ਚ ਬਹਿ ਕੇ ਗਾਣ ਲੱਗ ਪਿਆ ਮੇਰੇ ਹਾਲ। ਇਹ ਤੇ ਪਹਿਲੇ ਦਿਨ ਦੀ ਗੱਲ ਹੈ, ਆਪਣੀ ਬੁੱਢੀ ਦੇ ਨਾਲ ਟੁਰਿਆ ਜਾਣ ਡਿਆ। ਆਪਣੀ ਬੁੱਢੀ ਵੱਲ ਮੂੰਹ ਕਰਕੇ ਕਹਿੰਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਮੇਰੇ ਨਾਲ ਬੰਦਿਆਂ ਦੀ ਤਰ੍ਹਾਂ ਤੁਰਿਆ ਕਰ। ਇਹਦੀ ਬੁੱਢੀ ਨੇ ਕਮੀਜ਼ ਲਾਈ ਤੇ ਮੋਢੇ ਤੇ ਰੱਖ ਲਈ। ਸਾਰੀ ਗੱਲਾਂ ਜਾ ਕੇ ਮੈਂ ਦੋਨੋਂ ਭਰਾਵਾਂ ਨੂੰ ਦੱਸਦੀ ਸੀ। ਕਿਵੇਂ ਮਰੀ ਇਹਦੀ ਬੁੱਢੀ? ਕੁੱਤੇ ਨੇ ਵੱਢਿਆ ਤੇ ਮਾਰ ਗਈ। ਇਹ ਜਨਾਜ਼ਾ ਲੈ ਕੇ ਜਾਣ ਡਿਆ, ਇੱਕ ਬੰਦਾ ਕਹਿੰਦਾ ਭਾਜੀ ਹੋਇਆ ਕੀ? ਕਹਿੰਦਾ ਕੁੱਤੇ ਨੇ ਵੱਢਿਆ ਤੇ ਮਰ ਗਈ। ਕਹਿੰਦਾ ਇੱਕ ਮਿਹਰਬਾਨੀ ਕਰੋਗੇ, ਇਹੋ ਜਿਹੇ ਮੌਕੇ ਤੇ ਇਹੋ ਜਿਹੀ ਗੱਲ ਨੀ ਕਰੀ ਜੀ, ਇੱਕ ਦਿਨ ਅਸੀਂ ਕੁੱਤਾ ਨੀ ਮਿਲ ਸਕਦਾ। ਕਹਿੰਦਾ ਜਨਾਜ਼ੇ ਨਾਲ ਮੈਂ ਕਰਨਾ ਹੀ ਨਾ, ਸਾਰੇ ਕੁੱਤਾ ਰਹਿਣਾ ਹੈ। ਉਸੇ ਕਬਰਸਤਾਨ ਤੋਂ ਫੇਰ ਦਲੀਲ ਹੋਇਆ। ਕਿਉਂ? ਇੱਕ ਬੰਦਾ ਕਬਰ ਕੱਢੀ ਇੱਕ ਬੰਦੇ ਨੇ, ਉਹਨੇ ਪਤਾ ਨੀ ਮੁਰਦਾ ਦਫਨਾਉਣਾ ਸੀ, ਉਹ ਕਬਰ ਕੱਢ ਕੇ ਵਿਹਲਾ ਆਇਆ, ਇਸ ਕੰਜਰ ਦੇ ਉੱਤੇ ਗੱਡੀ ਲਾਈ ਤੇ ਤੇਲ ਬਦਲਣ ਲੱਗ ਪਿਆ। ਮੇਰਾ ਖਾਨਾ ਖਰਾਬ ਹੋ ਗਿਆ ਵੇ, ਮੇਰਾ ਪਿਓ ਨਹੀਂ ਕਰਦਾ ਹੁੰਦਾ, ਮੇਰਾ ਪਿਓ ਬੱਚੀ ਜਿਹੜਾ ਪਿਓ ਮਰ ਗਿਆ। ਅੱਛਾ, ਅੱਧਾ ਮਾਫ ਕਰ, ਜਨਾਜ਼ੇ ਤੇ ਹੱਥ ਖੜਾ ਕਰਕੇ ਕਹਿੰਦਾ ਜਿਹਨੇ ਮੇਰੇ ਪਿਓ ਕੋਲੋਂ ਕੁਛ ਲੈਣਾ ਜਿਹੜਾ ਹੱਥ ਖੜਾ ਕਰ ਦੇ। ਉਹ 250-300 ਬੰਦਾ ਆਇਆ ਸੀ ਜਨਾਜ਼ੇ ਤੇ,
ਸਾਰਿਆਂ ਨੇ ਹੱਥ ਖੜਾ ਕਰਦਾ ਇਹ ਨਿੰਮੂ ਚਾੜਾ ਹੋ ਗਿਆ ਤੇ ਪੈਰਾਂ ਥੋੜੇ ਜਲਾਦਾ ਮਿਲ ਗਿਆ ਘਬਰਾ ਕੇ ਕਹਿੰਦਾ ਤੇ ਠੀਕ ਹੈ ਉੱਠ ਕੇ ਕਹਿ ਦੇਵੇ ਮੈਂ ਦੇ ਦਿੰਦਾ ਇਹਨੇ ਮੇਰੀ ਪਿਛਲੇ ਦਿਨਾਂ ਚ ਦਾਵਤ ਕੀਤੀ ਕਹਿੰਦਾ ਸਰ ਜੀ ਮੇਰੇ ਘਰ ਆਓ ਮੈਨੂੰ ਬੜਾ ਅਰਮਾਨ ਹੈ ਤੁਸੀਂ ਮੇਰੇ ਘਰ ਆਓ ਮੈਂ ਇਹਦੇ ਘਰ ਗਿਆ ਇਹਦਾ ਆਪਾਂ ਇੰਜ ਕਰਕੇ ਫਿਰਨ ਡਿਆ ਮੈਂ ਇਹਦੀ ਮਾਂ ਨੂੰ ਪੁੱਛਿਆ ਮੈਂ ਕਿਹਾ ਖਾਲਾ ਇਹ ਕੌਣ ਹੈ ਉਹ ਕਹਿੰਦੀ ਟੇੜਾ ਹੈ ਪਰ ਮੇਰਾ ਹੈ ਛੱਡੋ ਆਜੋ।